ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪੂਰੇ ਭਾਰਤ ਵਰਸ਼ ਵਿੱਚ ਹੀ ਨਹੀਂ ਆਲ ਵਰਲਡ ਦੇ ਵਿੱਚ ਹੀ ਦੁਨੀਆ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਇੰਨੀ ਪੀੜਿਤ ਹੈ ਕਿ ਇਸ ਨੂੰ ਦੇਖਦਿਆਂ ਪੂਰੇ ਭਾਰਤ ਵਰਸ਼ ਦੇ ਵਿੱਚ 21 ਦਿਨ ਦਾ ਲਾਕਡਾਊਨ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਜਿਵੇਂ ਕਿ ਲੋਕਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਈ ਪਰਿਵਾਰ ਇਹੋ ਜਿਹੇ ਨੇ ਜੋ ਕਿ ਇਸ ਲਾਕਡਾਊਨ ਦੇ ਦੌਰਾਨ ਆਪਣੇ ਰੋਟੀ ਪਾਣੀ ਦਾ ਜ਼ਰੀਆ ਨਹੀਂ ਕਰ ਸਕਦੇ। ਸੋ ਇਸੇ ਦੇ ਮੱਦੇਨਜ਼ਰ 10 ਪਿੰਡਾਂ ਦੇ ਸਰਪੰਚਾਂ ਨੇ ਰਲ ਕੇ ਇੱਕ ਸੇਵਾ ਸੁਸਾਇਟੀ ਬਣਾਈ ਹੈ ਜਿਸ ਦੇ ਵਿੱਚ ਕਿ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾਵੇਗਾ ਜਿਨ੍ਹਾਂ ਨੂੰ ਇਸ ਦੀ ਸਖਤ ਜ਼ਰੂਰਤ ਹੈ। ਇਸੇ ਤਹਿਤ ਅੱਜ ਪਿੰਡ ਸਿਸਵਾਂ ਦੇ ਵਿੱਚ ਇੱਥੋਂ ਦੇ ਸਰਪੰਚ ਸੰਦੀਪ ਕੁਮਾਰ ਜੀ ਨੇ ਘਰ ਘਰ ਜਾ ਕੇ ਉਹਨਾਂ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਿਨ੍ਹਾਂ ਦੇ ਕੋਲ ਕੇ ਇਸ ਲਾਕਡਾਊਨ ਦੌਰਾਨ ਪੀਪਿਆਂ ਦੇ ਵਿੱਚ ਆਟਾ ਤੱਕ ਖਤਮ ਹੋ ਚੁੱਕਾ ਸੀ। ਸੋ ਇਸ ਦੌਰਾਨ ਉਹਨਾਂ ਦੇ ਨਾਲ ਪਿੰਡ ਦੇ ਕੁਝ ਪਤਵੰਤੇ ਸੱਜਣ ਤੇ ਖਾਸ ਤੌਰ ਤੇ ਪੰਚਾਇਤ ਸੈਕਟਰੀ ਹਰਪ੍ਰੀਤ ਸਿੰਘ ਜੀ ਮੌਜੂਦ ਸਨ। ਇਸ ਦੇ ਮੱਦੇਨਜ਼ਰ ਜੋ ਸਾਡੇ ਪਿੰਡ ਸਿਸਮਾ ਦੇ ਸਰਪੰਚ ਸੰਦੀਪ ਕੁਮਾਰ ਜੀ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਘਰ ਘਰ ਜਿਨ੍ਹਾਂ ਪਰਿਵਾਰਾਂ ਕੋਲ ਰਾਸ਼ਨ ਦੀ ਦਿੱਕਤ ਆ ਰਹੀ ਉਹਨਾਂ ਦੇ ਘਰ ਅੱਜ ਰਾਸ਼ਨ ਪਹੁੰਚਾਇਆ ਜਾ ਰਿਹਾ। ਸਰਪੰਚ ਸਾਹਿਬ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਸੰਸਥਾ ਸ਼ੁਰੂ ਕਰਕੇ ਦੋ ਜਿਨ੍ਹਾਂ ਦੇ ਕੋਲ ਰਾਸ਼ਨ ਦੀ ਦਿੱਕਤ ਆ ਉਹਨਾਂ ਨੂੰ ਮਿਲ ਕੇ? ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਗਰੀਬ ਪਰਿਵਾਰਾਂ ਨੂੰ ਮਿਲ ਕੇ, ਅਤੇ ਅਸੀਂ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰ ਰਹੇ ਹਾਂ ਅਤੇ ਬਹੁਤ ਹੀ ਚੰਗਾ ਲੱਗ ਰਿਹਾ ਹੈ। ਅਸੀਂ ਹੋਰ ਲੋਕਾਂ ਨੂੰ ਕਹਿ ਰਹੇ ਜਿਸ ਨੂੰ ਰਾਸ਼ਨ ਦੀ ਜ਼ਰੂਰਤ ਹੈ ਕੋਈ ਹੋਰ ਸਹੂਲਤ ਹੋਵੇ ਤਾਂ ਸਾਨੂੰ ਸੰਪਰਕ ਕਰ ਸਕਦਾ। ਜਿਵੇਂ ਹੁਣ ਕਈ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਬਿਲਕੁਲ ਜਿੱਦਣ ਦਾ ਲਾਕਡਾਊਨ ਹੋਇਆ ਰੋਟੀ ਦਾ ਬਹੁਤ ਦਿੱਕਤ ਆਈ ਹੈ। ਇਹੋ ਜਿਹੇ ਮਤਲਬ ਜਿਵੇਂ ਕਿਸੇ ਦਾ ਕੋਈ ਤੁਹਾਨੂੰ ਫੋਨ ਆਉਂਦਾ ਜਾਂ ਮਤਲਬ ਕਿਸੇ ਤੋਂ ਪਤਾ ਲੱਗਦਾ ਹੈ? ਤਾਂ ਅਸੀਂ ਉਹਨਾਂ ਦੇ ਘਰ ਜਾ ਕੇ ਰਾਸ਼ਨ ਵੀ ਪ੍ਰੋਵਾਈਡ ਕਰਾਂਗੇ ਅਤੇ ਕੋਈ ਮੈਡੀਸਨ ਦੀ ਜ਼ਰੂਰਤ ਹੈ ਅਸੀਂ ਉਹ ਵੀ ਉਹਨਾਂ ਨੂੰ ਜਾ ਕੇ ਪ੍ਰੋਵਾਈਡ ਕਰਾਂਗੇ। ਜਾਣੀ ਕਿ ਤੁਸੀਂ ਗਾਹਾਂ ਤੋਂ ਵੀ ਜੋ ਜੇ ਕਿਸੇ ਦਾ ਤੁਹਾਨੂੰ ਫੋਨ ਆਉਂਦਾ ਉਹਨਾਂ ਤੱਕ ਰਾਸ਼ਨ ਪ੍ਰੋਵਾਈਡ ਕਰਾਓਗੇ? ਬਿਲਕੁਲ ਕਰਾਂਗੇ। ਧੰਨਵਾਦ ਜੀ। ਸੈਕਟਰੀ ਸਾਹਿਬ, ਜਿਵੇਂ ਕਿ ਸਾਨੂੰ ਪਤਾ ਲੱਗਿਆ ਕਿ 10 ਪਿੰਡਾਂ ਦੇ ਸਰਪੰਚ ਸਹਿਬਾਨ ਨੇ ਰਲ ਕੇ ਇੱਕ ਸੰਸਥਾ ਆਰਗੇਨਾਈਜ਼ ਕੀਤੀ ਹੈ, ਤੇ ਉਸ ਬਾਰੇ ਤੁਸੀਂ ਕਿਆ ਕਹਿਣਾ ਚਾਹੋਗੇ ਤੇ ਕਿਆ ਕਿਆ ਸਹੂਲਤਾਂ ਦੇ ਰਹੀ ਹੈ ਤੇ ਗੌਰਮੈਂਟ ਇਸ ਵਿੱਚ ਤੁਹਾਡਾ ਕਿਆ ਸਹਿਯੋਗ ਕਰ ਰਹੀ ਹੈ? ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਰਾਹੀਂ ਸਾਰਿਆਂ ਨੂੰ ਇੱਕ ਅਪੀਲ ਕਰੂੰਗਾ ਕਿ ਆਪਣੇ ਤੁਹਾਨੂੰ ਪਤਾ ਹੀ ਵੀ ਕਰੋਨਾ ਵਾਇਰਸ ਕਰਕੇ ਸਾਰੀ ਦੁਨੀਆ ਸਾਰਾ ਸੰਸਾਰ ਹੀ ਇਸ ਦੇ ਗੰਭੀਰ ਮਹਾਮਾਰੀ ਤੇ ਪੀੜਿਤ ਹੋ ਚੁੱਕਿਆ ਹੈ ਨਾ, ਤੇ ਆਪਾਂ ਇੱਕ ਮਤਲਬ ਕਿ 10 ਪਿੰਡਾਂ ਦੇ ਸਰਕਲ ਦੇ ਵਿੱਚ ਮੇਰੇ 10 ਪਿੰਡ ਪੈਂਦੇ ਨੇ, ਉਹਨਾਂ ਸਰਪੰਚਾਂ ਦੇ ਨਾਲ ਰਲ ਕੇ ਅਸੀਂ ਇੱਕ ਸਮਾਜ ਸੇਵਾ ਸੰਸਥਾ ਬਣਾਈ ਹੈ ਅਤੇ ਉਹਦੇ ਵਿੱਚ ਅਸੀਂ ਆਪ ਹੀ ਆਪਦਾ ਕਰਕੇ ਯੋਗਦਾਨ ਸਾਰੇ ਭੈਣ ਭਰਾਵਾਂ ਨੇ ਇਕੱਠਾ ਹੈ ਨਾ, ਮਤਲਬ ਕਿ ਰਾਸ਼ਨ ਪਾਣੀ ਖਰੀਦਿਆ ਜਿਵੇਂ ਕਿ ਕਰਿਆਨੇ ਦਾ ਸਮਾਨ ਹੋ ਗਿਆ, ਦਾਲਾਂ ਹੋ ਗਈਆਂ, ਤੇਲ ਹੋ ਗਿਆ, ਜੋ ਵੀ ਘਰ ਦੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਹੁੰਦੀਆਂ ਸਾਬਣ ਤੋਂ ਲੈ ਕੇ ਸਾਰੀਆਂ ਆਪਾਂ ਪਾਈਆਂ ਹੈ ਨਾ, ਅਤੇ ਉਹਦਾ ਇੱਕ ਪੈਕੇਜ ਬਣਾ ਬਣਾ ਕੇ ਜਿਹੜੇ ਲੋੜਵੰਦ ਗਰੀਬ ਪਰਿਵਾਰ ਨੇ ਜਿਹੜੇ ਜਮ੍ਹਾਂ ਹੀ ਕੁਛ ਮਤਲਬ ਖਰੀਦ ਨਹੀਂ ਸਕਦੇ ਜਿਨ੍ਹਾਂ ਕੋਲ ਰੁਪਈਏ ਹੈ ਨਹੀਂ ਹੈ ਨਾ, ਉਹਨਾਂ ਤੱਕ ਆਪਾਂ ਰਾਸ਼ਨ ਪਹੁੰਚਾ ਰਹੇ ਹਾਂ ਜੀ। ਤੇ ਇਸ ਵਿੱਚ ਮਤਲਬ ਗੌਰਮੈਂਟ ਦਾ ਸਹਿਯੋਗ ਹੈ ਆਪਾਂ ਨੂੰ ਕੁਛ? ਹਾਂਜੀ, ਆਪਣੇ DC ਸਾਹਿਬ, SDM ਸਾਹਿਬ ਖਰੜ, ਆਪਣੇ ਮਤਲਬ ਕਿ ਜਿਨ੍ਹਾਂ ਪਰਿਵਾਰਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਉਹਨਾਂ ਨੂੰ ਉਹਨਾਂ ਤੱਕ ਉਹ ਵੀ ਰਾਸ਼ਨ ਮਤਲਬ ਕਿ ਸਰਕਾਰ ਵੱਲੋਂ ਪਹੁੰਚਾ ਰਹੇ ਨੇ, ਅਤੇ ਸਰਕਾਰ ਦਾ ਵੀ ਮਤਲਬ ਪੂਰਾ ਪ੍ਰਸ਼ਾਸਨ ਦਾ ਵੀ ਜ਼ੋਰ ਲੱਗਿਆ ਹੋਇਆ ਨਾ ਇਸ ਕੰਮ 'ਤੇ ਵੀ ਘਰ ਘਰ ਤੱਕ ਕੋਈ ਵੀ ਪਰਿਵਾਰ ਦਾ ਗਰੀਬ ਬੰਦਾ ਕੋਈ ਭੁੱਖਾ ਨਾ ਸੌਵੇ, ਹਰ ਇੱਕ ਤੱਕ ਖਾਣ ਪੀਣ ਵਾਲੀ ਚੀਜ਼ ਪਹੁੰਚੇ। ਧੰਨਵਾਦ ਜੀ। ਹਾਂਜੀ।